ਬੜਾ ਚਰਚਾ ਚੱਲ ਰਹੀ ਸੀਗੀ ਵੀ ਭਗਵੰਤ ਮਾਨ ਸਾਹਿਬ ਨੇ ਕਹਿਤਾ ਵੀ ਆਜੋ ਜਿਨੇ ਵਿਚਾਰ ਚਰਚਾ ਕਰਨੀ ਆ ਜੀ ਖੁੱਲਾ ਮੈਦਾਨ ਬਣਤਾ ਜੀ ਤੇ ਆ ਦੇਖ ਸਕਦੇ ਨੇ ਜਿਵੇਂ ਕੁਰਸੀਆਂੀਆਂ ਵੀ ਰੱਖ ਰੱਖੀਆਂ ਤੇ ਉੱਤੇ ਨਾਂ ਵੀ ਲਿਖਿਆ ਸੁਖਵੀਰ ਬਾਦਲ ਸਾਰੇ ਬਾਦਲ ਤੇ ਹੋਰ ਜਿਹੜੇ ਕਾਂਗਰਸ ਦੇ ਬੰਦੇ ਸੀ ਤੇ ਫਿਰ ਆਏ ਕਾ ਤੋਂ ਨਹੀਂ ਪਈ ਇਹ ਕੀ ਗੱਲ ਪੈ ਗਈ ਇਹ ਬਰਾੜ ਸਾਹਿਬ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਇੱਕ ਦਿਨ ਇਹ ਬੰਦੇ ਸ਼ਾਇਦ ਨਹੀਂ ਆਉਣਗੇ ਤੇ ਜੇ ਜਿਹੜੇ ਬੰਦੇ ਚਾਹ ਰ ਆਉਣ ਦੀ ਇੱਛਕ ਹੋਣਗੇ ਉਹਨਾਂ ਨੂੰ ਰੋਕ ਦਿੱਤਾ ਜਾਊਗਾ ਸੋ ਬੜੀ ਤਿਆਰੀ ਸੀਗੀ ਅੱਜ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਇੱਕ ਪ੍ਰੋਪਰ ਕਨਸਰਟ ਹਾਲ ਇੱਕ ਬੁੱਕ ਕੀਤਾ ਹੋਇਆ ਸੀਗਾ ਤੇ ਦੇਖਿਆ ਗਵਰਨਮੈਂਟ ਆਫ ਪੰਜਾਬ ਦੇ ਉੱਤੇ ਲਾਈਵ ਸਟ੍ਰੀਮ ਹੁੰਦਾ ਇਹਨਾਂ ਦਾ ਪ੍ਰੋਗਰਾਮ ਤੇ ਉਦੋਂ ਇਹਨਾਂ ਇੱਕ ਸਾਈਡ ਛੋਟੀ ਜੀ ਸਕਰੀਨ ਤੇ ਭਗਵੰਤ ਮਾਨ ਹੋਰੀ ਗੱਲਬਾਤ ਕਰ ਰਹੇ ਸੀ ਲਗਾਤਾਰ ਦੂਜੇ ਪਾਸੇ ਬਕਾਇਦਾ ਪ੍ਰੈਜੈਂਟੇਸ਼ਨਸ ਚੱਲ ਰਹੀਆਂ ਸੀ ਇਸ ਤਰ੍ਹਾਂ ਜਾਬਦਾ ਸੀ ਕਿ ਜਿਵੇਂ ਹਫਤਾ ਲਾ ਕੇ ਤਿਆਰੀ ਕੀਤੀ ਗਈ ਹੈ ਜਿਹੜੀ ਉਹ ਚੀਜ਼ ਬੋਲਦੇ ਸੀ ਉਹ ਡਾਕੂਮੈਂਟ ਨਾਲ ਚੱਲ ਰਹੀ ਸੀ ਹਾਲਾਂਕਿ ਇਹਨਾਂ ਨੇ ਪਹਿਲਾਂ ਇਹ ਗੱਲ ਕਹੀ ਸੀਗੀ ਕਿ ਮੈਂ ਭਾਈ ਮੂੰਹ ਜਬਾਨੀ ਆਉਂਗਾ ਕੋਈ ਗੱਲਬਾਤ ਨਹੀਂ ਮੈਂ ਨਾਲ ਲੈ ਕੇ ਆਉਂਗਾ ਲਿਖਤੀ ਤੌਰ ਤੇ ਤੇ ਇਹ ਵੀ ਅੱਜ ਦੇਖਣ ਨੂੰ ਮਿਲਿਆ ਕੁਝ ਬੰਦੇ ਵੀ ਸਵਾਲ ਉਠਾ ਰਹੇ ਕਿ ਸਾਹਮਣੇ ਇਹਨਾਂ ਦੇ ਟੈਲੀਪ੍ਰੌਮਟਰ ਪਿਆ ਹੋਇਆ ਸੀਗਾ ਸੋ ਇਹਨਾਂ ਨੂੰ ਕਿਤੇ ਨਾ ਕਿਤੇ ਆਈਡੀਆ ਸੀਗਾ ਕਿ ਨਾਲ ਦੀਆਂ ਕੁਰਸੀਆਂ ਜਿਹੜੀਆਂ ਉਹ ਖਾਲੀ ਹੀ ਰਹਿਣੀਆਂ ਉਹ ਗੱਲ ਖੈਰ ਚਾਰੇ ਪਾਸੇ ਪਹਿਲਾਂ ਹੀ ਸੀਗੀ ਕਿ ਉਹ ਬੰਦੇ ਨਹੀਂ ਆਉਣਗੇ ਕਿਉਂਕਿ ਜਿਨ੍ਹਾਂ ਦੇ ਜਿਨ੍ਹਾਂ ਨੇ ਰਾਜ ਕੀਤਾ ਹੁੰਦਾ ਉਹਨਾਂ ਤੇ ਹਮੇਸ਼ਾ ਦਾਗ ਲੱਗਦੇ ਹੁੰਦੇ ਆ ਸੋ ਜਿਹੜੇ ਇਹਨਾਂ ਨੇ ਇੱਕ ਰਾਤ ਪਹਿਲਾਂ ਇੱਕ ਪੋਸਟ ਵੀ ਪਾਤੀ ਸੀ ਕਿ ਮੈਂ ਆ ਚਾਰ ਚੀਜ਼ਾਂ ਤੇ ਬਹਿਸ ਦਾ ਸੱਦਾ ਦਿਨਾ ਸੋ ਉੱਥੋਂ ਪਤਾ ਲੱਗ ਗਿਆ ਸੀਗਾ ਕਿ ਹੁਣ ਕਿਸੇ ਨੇ ਨਹੀਂ ਆਉਣਾ ਸੋ ਜਿਹੜੇ ਬੰਦੇ ਆਉਂਦੇ ਇੱਛਕ ਸੀਗੇ ਉਹਨਾਂ ਵਿੱਚੋਂ ਇੱਕ ਲਖਾ ਸਤਾਨਾ ਸੀਗਾ ਕੁਝ ਕਿਸਾਨ ਜਿੱਥੇ ਬੰਦੀਆਂ ਸੀਗੀਆਂ ਤੇ ਚਰਨਜੀਤ ਚੰਨੀ ਬਾਰੇ ਵੀ ਸੁਣਿਆ ਜਾ ਰਿਹਾ ਕਿ ਉਹ ਵੀ ਆਉਂਦੇ ਇੱਛਕ ਸੀਗੇ ਸੋ ਸਭ ਤੋਂ ਪਹਿਲੀ ਨਿਊਜ਼ ਅੱਜ ਸਵੇਰੇ ਲਖਾ ਸਤਾਨਾ ਦੇ ਘਰ ਤੋਂ ਆਈ ਕਿ ਕੱਲ ਰਾਤ ਤੋਂ ਹੀ ਪੁਲਿਸ ਨੇ ਉਹਨਾਂ ਨੂੰ ਹਾਊਸ ਅਰੈਸਟ ਕਰ ਲਿਆ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਕਿ ਭਾਈ ਤੁਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ ਜਦੋਂ ਤੁਹਾਨੂੰ ਬੁਲਾਇਆ ਹੀ ਨਹੀਂ ਭਗਵੰਤਮਾਨ ਹੋਰਾਂ ਨੇ ਸੋ ਤੁਸੀਂ ਉੱਥੇ ਜਾਓਗੇ ਕਿਉਂ ਤੇ ਦੂਸਰੇ ਪਾਸੇ ਕਿਸਾਨ ਜੁਨੀ ਜਿਹੜੀਆਂ ਸੀਗੀਆਂ ਜਥੇਬੰਦੀਆਂ ਯੂਨੀਅਨ ਸੀਗੀਆਂ ਉਹਨਾਂ ਨੂੰ ਲੁਧਿਆਣਾ ਸ਼ਹਿਰ ਤੋਂ ਬਾਹਰ ਹੀ ਰੋਕ ਲਿਆ ਗਿਆ ਉਹਨਾਂ ਨੂੰ ਵੀ ਅਰੈਸਟ ਕਰਕੇ ਵੱਖ-ਵੱਖ ਥਾਣਿਆਂ ਦੇ ਵਿੱਚ ਭੇਜ ਦਿੱਤਾ ਗਿਆ ਜਿਨ੍ਹਾਂ ਚਿਰੇ ਪ੍ਰੋਗਰਾਮ ਚੱਲਦਾ ਰਿਹਾ ਜਿਨ੍ਹਾਂ ਚਿਰ ਸੀਐਮ ਭਗਵੰਤਮਾਨ ਉਸ ਹਾਲ ਦੇ ਅੰਦਰ ਰਹੇ ਉਹਨਾਂ ਚਿਰ ਇਹ ਜਿਹੜੇ ਕਿਸਾਨ ਲੀਡਰ ਸੀਗੇ ਇਹਨਾਂ ਨੂੰ ਵੱਖ-ਵੱਖ ਥਾਣਿਆਂ ਦੇ ਵਿੱਚ ਰੱਖਿਆ ਗਿਆ ਜੀ ਬਰਾੜ ਸਾਹਿਬ ਨਹੀਂ ਜੇ ਪੰਜਾਬ ਬੋਲ ਦਾ ਨਾਮ ਰੱਖਿਆ ਤਾਂ ਅਸਲ ਤੇ ਵਿੱਚ ਉਹ ਵੀ ਤਾਂ ਪੰਜਾਬ ਦੇ ਵਿੱਚ ਆਮ ਲੋਕ ਹੀ ਹੁੰਦੇ ਆ ਜਿਨ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਲੋਕ ਸੁਣਨਾ ਪਸੰਦ ਕਰਦੇ ਆ ਕੀ ਫਿਰ ਉਹ ਪੰਜਾਬ ਦੇ ਵਿੱਚ ਨਹੀਂ ਆਉਂਦੇ ਉਹ ਪੰਜਾਬ ਬੋਲ ਨਹੀਂ ਸਕਦੇ ਜੇ ਜਾਂ ਆਮ ਲੋਕ ਜਿਹੜੇ ਹੈਗੇ ਉਹ ਕੁਐਸਚਨ ਨਹੀਂ ਪੁੱਛ ਸਕਦੇ ਉਹ ਵੀ ਤਾਂ ਪੰਜਾਬ ਬੋਲ ਦਾ ਚ ਹੈਗੇ ਆ ਹਾਂਜੀ ਬ੍ਰਾਦਰ ਸਾਹਿਬ ਬਿਲਕੁਲ ਪੰਜਾਬ ਬੋਲਦਾ ਦੇ ਵਿੱਚ ਚਾਹੀਦਾ ਤਾਂ ਏਸੀ ਕਿ ਕੋਈ ਸਾਰਥਕ ਗੱਲਬਾਤ ਹੁੰਦੀ ਡਿਬੇਟ ਦਾ ਮਤਲਬ ਹੁੰਦਾ ਚਾਰ ਬੰਦੇ ਬਹਿ ਕੇ ਜਿੱਥੇ ਵਿਚਾਰ ਵਟਾਂਦਰਾ ਕਰਦੇ ਆ ਪਰ ਇੱਥੇ ਇੱਕ ਖਬਰ ਦੀ ਕਟਿੰਗ ਕੱਲ ਰਾਤ ਦੀ ਬੜੀ ਵਾਇਰਲ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਇੱਕ ਏਡੀਜੀਪੀ ਨੇ ਜਿਹੜੇ ਲੁਧਿਆਣਾ ਸ਼ਹਿਰ ਦੇ ਵਿੱਚ ਉਹਨਾਂ ਨੇ ਆਰਡਰ ਕਰ ਦਿੱਤਾ ਸੀਗਾ ਕਿ ਇਸ ਹਾਲ ਦੇ ਵਿੱਚ ਆਮ ਲੋਕਾਂ ਨੂੰ ਐਂਟਰੀ ਨਹੀਂ ਹੋਊਗੀ ਜਿਹੜੇ ਵਿਰੋਧੀ ਦਲ ਨੇ ਉਹ ਤਾਂ ਇਹ ਵੀ ਦੋਸ਼ ਲਾ ਰਹੇ ਆ ਕਿ ਜਿਹੜੇ ਬੰਦੇ ਲਿਆ ਕੇ ਬਿਠਾਏ ਹੋਏ ਸੀ ਸਾਰੇ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਸੀਗੇ ਤੇ ਜਿਹੜੇ ਨਰਮਲ ਸਿੰਘ ਜੋੜਾ ਦੀ ਸਟੇਜ ਸਖਤਰ ਸੀਗੇ ਉਹ ਵੀ ਇਹਨਾਂ ਦੇ ਮਿੱਤਰ ਦੱਸੇ ਜਾ ਰਹੇ ਨੇ ਭਗਵੰਤ ਮਾਨ ਹਰਾਂ ਦੇ ਸੋ ਕਹਿੰਦੇ ਕਿ ਜੇ ਕੋਈ ਉੱਥੇ ਪਹੁੰਚ ਜਾਂਦਾ ਚਾਹੇ ਸੁਖਬੀਰ ਪਹੁੰਚ ਜਾਂਦਾ ਚਾਹੇ ਸੁਨੀਲ ਜਾਖੜ ਚਾਹੇ ਰਾਜਾ ਵੜਿੰਗ ਜਾਂ ਫਿਰ ਕੋਈ ਹੋਰ ਸੋ ਇਹ ਬਹੁਤ ਵੱਡੇ ਲੈਵਲ ਦੀ ਉਹਨਾਂ ਦੀ ਇਹਨਾਂ ਨੇ ਬੇਇਜ਼ਤੀ ਵੀ ਕਰਨੀ ਸੀਗੀ ਉਹਨੂੰ ਤੋਂ ਸਵਾਲ ਐਸੀ-ਐਸੀ ਪੁੱਛਣੇ ਸੀਗੇ ਕਿ ਉਹਨਾਂ ਦਾ ਆਨਸਰ ਉਹਨਾਂ ਦੇ ਕੋਲੇ ਹੋਣਾ ਨਹੀਂ ਸੀਗਾ ਭਗਵੰਤ ਮਾਨ ਨੇ ਖੈਰ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਵੀ ਲਗਾਤਾਰ ਉਹਨਾਂ ਦੇ ਉੱਤੇ ਤਵਾ ਲਾਇਆ ਪਰ ਇੱਕ ਚੀਜ਼ ਜਿਹੜੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਤੁਸੀਂ ਕਹ ਲਓ ਕਿ ਸਮਰਥਕ ਹੈ ਉਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਜਿਹੜੀਆਂ ਗੱਲਾਂ ਬਾਤਾਂ ਅੱਜ ਭਗਵੰਤ ਮਾਨ ਕਰ ਰਹੇ ਹੈ ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜਾਂ 2.5 ਸਾਲ 4 ਸਾਲ 5 ਸਾਲ ਪਹਿਲਾਂ ਇਹੀ ਗੱਲਾਂ ਬਾਤਾਂ ਉਦੋਂ ਇਹ ਕਰਦੇ ਸੀ ਇਹੀ ਗੱਲਾਂ ਬਾਤਾਂ ਦੇ ਕਰਕੇ ਲੋਕਾਂ ਨੇ ਇਹਨਾਂ ਨੂੰ ਪੰਜਾਬ ਦੀ ਵਾਂਗ ਡੋਰ ਫੜਾਈ ਹੈ ਇਹਨਾਂ ਗੱਲਾਂ ਬਾਤਾਂ ਦੇ ਕਰਕੇ ਇਹ ਸੱਤਾ ਦੇ ਵਿੱਚ ਆਏ ਨੇ ਰਾਜ ਦੇ ਕਰਕੇ ਆਏ ਨੇ ਕਹਿੰਤੋਂ ਭਾਵ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਗੱਲਾਂ ਬਤਨ ਦਾ ਚੰਗੀ ਤਰ੍ਹਾਂ ਪਤਾ ਹੈ ਇਸੇ ਕਰਕੇ ਆਮ ਆਦਮੀ ਪਾਰਟੀ ਜਿੱਤੀ ਹੈ ਇਸ ਚੀਜ਼ ਤੇ ਹੁਣ ਮਿੱਟੀ ਪਾ ਦੇ ਨੇ ਇਸ ਚੈਪਟਰ ਨੂੰ ਬੰਦ ਕਰ ਦੇਣਾ ਜਿਹੜਾ ਚੈਪਟਰ ਖੋਲਣ ਦੀ ਲੋੜ ਹੈ ਉਹ ਇਹ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਲਗਾਤਾਰ ਹੈ ਉਹ ਕਿਉਂ ਆਊਟ ਆਫ ਕੰਟਰੋਲ ਆ ਕਿਉਂ ਆਏ ਦਿਨ ਖਬਰਾਂ ਆਉਂਦੀਆਂ ਨੇ ਕਿ ਫਲਾਣੀ ਥਾਂ ਤੇ ਬੰਦਾ ਓਵਰਡੋਜ਼ ਨਾਲ ਮਰ ਗਿਆ ਕਿਤੇ ਇਹ ਦੂਜੀ ਗੱਲ ਜਿੱਥੇ ਆਪਾਂ ਅਖਬਾਰ ਜਿਹੜੀ ਮਰਜ਼ੀ ਖੋਲੋ ਪੰਜਾਬ ਦੀ ਉਹਦੇ ਵਿੱਚ ਖਬਰਾਂ ਲੱਗੀਆਂ ਹੁੰਦੀਆਂ ਨੇ ਕਿ ਫੁਲਾਨੀ ਥਾਂ ਤੇ ਗੋਲੀ ਮਾਰ ਕੇ ਬੰਦੇ ਨੂੰ ਮਾਰਤਾ ਫੁਲਾਨੀ ਥਾਂ ਤੇ ਬੰਦਾ ਲੁੱਟ ਲਿਆ ਫੁਲਾਨੀ ਥਾਂ ਤੇ ਸੁਨਿਆਰੇ ਦੀ ਲੁੱਟ ਹੋ ਗਈ ਆੜਤੀਏ ਦੀ ਲੁੱਟ ਹੋ ਗਈ ਰੀਸੈਂਟਲੀ ਬਠਿੰਡਾ ਸਿਟੀ ਦੇ ਵਿੱਚ ਆਪਣੀ ਦੁਕਾਨ ਦੇ ਬਾਹਰ ਬੈਠਾ ਹੋਇਆ ਇੱਕ ਮੋਤਵਾਰ ਬੰਦਾ ਜਿਹੜਾ ਯੂਨੀਅਨ ਦਾ ਆਗੂ ਵੀ ਸੀਗਾ ਦੋ ਮੋਟਰਸਾਈਕਲ ਸਵਾਰ ਆਉਂਦੇ ਉਹਨੂੰ ਗੋਲੀ ਮਾਰ ਕੇ ਚਲੇ ਜਾਂਦੇ ਨੇ ਸੋ ਇਸ ਵੇਲੇ ਗੱਲ ਇਹ ਕਰਨ ਦੀ ਲੋੜ ਹੈ ਕਿ ਭਾਈ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਕਿਵੇਂ ਸੁਧਾਰ ਗਏ ਪਾਣੀਆਂ ਦੀ ਗੱਲ ਕਰੋ ਖੁੱਲ੍ਹ ਕੇ ਕਰੋ ਪਰ ਜਿਹੜੀਆਂ ਗੱਲਾਂ ਤੁਸੀਂ ਪਾਸਟ ਦੇ ਵਿੱਚ ਕੀਤੀਆਂ ਨੇ ਜਿਹੜੀਆਂ ਗੱਲਾਂ ਤੁਸੀਂ ਕਰ ਕਰਕੇ ਸੱਤਾ ਦੇ ਵਿੱਚ ਆਏ ਹੋ ਵਾਰੀ ਵਾਰੀ ਉਹ ਗੱਲ ਕਰਨ ਦਾ ਤੁਕ ਕੀ ਹੈ ਜੀ ਬਰਾੜ ਸਾਹਿਬ ਕੈਲੀਫੋਰਨੀਆ ਦੇ ਵਿੱਚ ਅੱਗ ਦੀਆਂ ਖਬਰਾਂ ਕਾਫੀ ਸੁਣਦੇ ਰਹਿੰਨੇ ਆ ਵੀ ਇੱਥੇ ਅੱਗ ਲੱਗ ਗਈ ਇੱਥੇ ਲੱਗ ਗਈ ਤੇ ਹੁਣ ਤਾਂ ਠੰਡ ਜੀ ਵੀ ਹੋ ਗਈ ਤੇ ਤਾਂ ਵੀ ਅੱਗ ਲੱਗ ਗਈ ਜੀ ਐਲਈ ਦੇ ਵਿੱਚ ਹਾਂਜੀ ਬਰਾੜ ਸਾਹਿਬ ਕੈਲੀਫੋਰਨੀਆ ਦੇ ਐਲਈ ਤੋਂ ਹੀ ਖਬਰ ਆ ਰਹੀ ਹੈ ਕਿ ਇੱਥੇ ਵਾਈਲਡ ਫਾਇਰ ਅੱਗ ਕਾਫੀ ਏਰੀਆ ਦੇ ਵਿੱਚ ਉਹ ਫੈਲ ਗਈ ਆ ਬੜੀ ਭਾਰੀ ਤਬਾਹੀ ਮਚਾਰੀ ਹੈ ਬੜੀਆਂ ਦਿਲ ਦਹਿਲਾਉ ਰਿਪੋਰਟਸ ਆ ਰਹੀਆਂ ਨੇ ਗਰਾਊਂਡ ਤੋਂ ਕੈਲੀਫੋਰਨੀਆ ਵਾਈਲਡਫਾਇਰ ਨੇ 300 ਘਰਾਂ ਦੇ ਲਈ ਖਤਰਾ ਪੈਦਾ ਕਰ ਦਿੱਤਾ ਹੈ। ਦਰਅਸਲ ਸਾਊਥ-ਈਸਟ ਐਲ.ਏ ਦੇ ਵਿੱਚ ਚੱਲੀਆਂ ਬਹੁਤ ਹੀ ਖਤਰਨਾਕ ਸੈਂਟਾ ਐਨਾ ਵਿੰਡਸ ਨੇ ਇਹ ਵਾਈਲਡਫਾਇਰ ਨੂੰ ਫਿਊਲ ਅਪ ਕਰ ਦਿੱਤਾ ਤੇ ਇਹ ਵਾਈਲਡਫਾਇਰ ਦੇ ਕਾਰਨ 4000 ਲੋਕਾਂ ਨੂੰ ਘਰ ਛੱਡਨੇ ਪੈ ਸਕਦੇ ਆ। 3 1300 ਘਰਾਂ ਨੂੰ ਜਿਹੜਾ ਐਵੈਕੂਏਸ਼ਨ ਦੇ ਆਰਡਰ ਮਿਲ ਚੁੱਕੇ ਆ ਕਿ ਭਾਈ ਤੁਸੀਂ ਜਲਦ ਤੋਂ ਜਲਦ ਆਪਣੇ ਘਰ ਛੱਡ ਕੇ ਬਾਹਰ ਆ ਜਾਓ। ਸੋ ਫਾਇਰ ਨੇ ਤਿੰਨ ਬਿਲਡਿੰਗਸ ਨੂੰ ਪੂਰੀ ਤਰ੍ਹਾਂ ਡਿਸਟਰੋਏ ਕਰ ਦਿੱਤਾ ਹੈ ਛੇ ਬਿਲਡਿੰਗਸ ਦੇ ਵੱਡੇ ਹਿੱਸੇ ਡੈਮੇਜ ਹੋ ਚੁੱਕੇ ਨੇ ਇਨ੍ਹਾਂ ਘਰਾਂ ਦੇ ਵਿੱਚ ਕੋਈ ਜੀ ਸੀਗਾ ਕਿ ਨਹੀਂ ਸੀਗਾ ਇਹ ਟੋਟਲੀ ਅਨਕਲੀਅਰ ਹੈ ਤੇ ਇਸ ਰੀਜਨ ਦੇ ਵਿੱਚ ਵੈਸੇ ਪੋਪੂਲੇਸ਼ਨ ਬਹੁਤ ਘੱਟ ਆ ਪਰ ਹੌਰਸ ਰੈਂਚਸ ਬਹੁਤ ਜ਼ਿਆਦਾ ਨੇ ਇਸ ਏਰੀਆ ਦੇ ਵਿੱਚ ਕਿਉਂਕਿ ਸ਼ੁਰੂ ਹੋਈ ਜਿਹੜੀ ਅੱਗ ਹੈ ਸੋ ਉਹ ਅੰਡਰ ਇਨਵੈਸਟੀਗੇਸ਼ਨ ਆ ਕਿ ਇਹ ਦੀ ਕਿਉਂ ਸ਼ੁਰੂ ਹੋਈ ਆ ਕਾਰਨ ਕੀ ਆ ਕਿੱਥੋਂ ਸ਼ੁਰੂ ਹੋਈ ਆ ਕੋਈ ਮੈਂਡ ਮਿਸਟੇਕ ਸੀਗੀ ਜਾਂ ਫਿਰ ਆਪਣੇ ਆਪ ਹੀ ਚੱਲੀ ਐ ਸੋ ਇਸ ਸਾਲ ਸਦਰਨ ਕੈਲੀਫੋਰਨੀਆ ਦੇ ਵਿੱਚ ਸੈਂਟਾ ਅਨਾ ਵਿੰਡਸ ਨੇ ਪਹਿਲੀ ਵਾਰੀ ਦਸਤਕ ਦਿੱਤੀ ਐ ਤੇ ਇਹ ਵਿੰਡਸ ਬਹੁਤ ਸਟ੍ਰੌਂਗ ਆ ਹੌਟ ਆ ਤੇ ਡਰਾਈ ਆ ਇਹ ਜਿਹੜੀਆਂ ਵਿੰਡਸ ਆ ਇਹ ਪੈਸੀਫਿਕ ਕੋਸਟ ਤੋਂ ਆਉਂਦੀਆਂ ਵੈਸੇ ਇਹ ਫਾਇਰ ਸੀਜ਼ਨ ਜਿਹੜਾ ਸੀਗਾ ਇਸ ਵਾਰੀ ਕੈਲੀਫੋਰਨੀਆ ਤੇ ਬਹੁਤ ਹੀ ਕਵਾਈਟ ਰਿਹਾ ਬਹੁਤਾ ਲੰਮਾ ਚੌੜੀ ਕੋਈ ਨੁਕਸਾਨ ਦੀ ਖਬਰ ਨਹੀਂ ਆਈ ਤੇ ਅਗਜਣੀ ਦੀਆਂ ਘਟਨਾ ਇਸ ਵਾਰੀ ਘੱਟ ਤੋਂ ਘੱਟ ਸੀਗੀਆਂ ਨੈਸ਼ਨਲ ਵੈਦਰ ਸਰਵਿਸਸ ਨੇ ਮੰਗਲਵਾਰ ਦਾ ਸਾਰਾ ਦਿਨ ਅ ਦੱਸਿਆ ਹੋਇਆ ਵਾਰਨਿੰਗ ਦਿੱਤੀ ਐ ਐਡਵਾਈਜ਼ਰੀ ਜਾਰੀ ਕੀਤੀ ਐ ਕਿ ਮੰਗਲਵਾਰ ਦੇ ਦਿਨ ਵੀ ਸ਼ਾਇਦ ਇਹ ਅੱਗ ਕਾਬੂ ਨਾ ਆਵੇ ਇਹ ਹਵਾਵਾਂ ਕਿਤੇ ਕਿਤੇ 15 ਮਾਈਲ ਪਰ ਆਰ ਹੋਣਗੀਆਂ ਕਿਤੇ ਕਿਤੇ ਇਹਨਾਂ ਦੀ ਸਪੀਡ 25 ਮਾਈਲ ਤੇ ਪਹੁੰਚੂਗੀ ਤੇ ਇਹ ਵੀ ਪੋਸੀਬਲ ਐ ਕਿ ਕਿਤੇ ਕਿਤੇ 50 ਮਾਈਲਸ ਪਰ ਆਰ ਤੱਕ ਇਹ ਜਿਹੜੀਆਂ ਸੈਂਟਾ ਆਨਾ ਵਿੰਡਸ ਆ ਇਹ ਇਸ ਸਪੀਡ ਨੂੰ ਟੱਚ ਕਰ ਜਾ ਜੀ ਬਰਾੜ ਸਾਹਿਬ ਜੀ 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 ਤੇ ਇੱਕ ਗੱਲ ਇੱਥੇ ਵੀ ਹੁੰਦੀ ਹੈ ਵੀ ਭਈ ਜਿਹੜੇ ਆਪਣੇ ਘਰ ਹੈਗੇ ਆ ਇੱਥੇ ਜ਼ਿਆਦਾ ਲੱਕੜ ਦੇ ਬਣੇ ਆ ਤੇ ਉਹ ਕਿਤੇ ਨਾ ਕਿਤੇ ਖਦਰਾ ਵੀ ਹੋ ਜਾਂਦੇ ਤੇ ਕਿਤੇ ਨਾ ਕਿਤੇ ਆਪਾਂ ਨੂੰ ਉੱਥੇ ਸੁਰੱਖਿਅਤ ਵੀ ਹੁੰਦੀ ਹੈ ਜਿੱਥੇ ਕਿਤੇ ਪਹਚਾ ਲਾਉਂਦਾ ਉੱਥੇ ਚਲੋ ਇਹਨਾਂ ਨੂੰ ਜ਼ਿਆਦਾ ਕੋਈ ਨੁਕਸਾਨ ਨਾ ਆਉਣ ਦੀ ਹੋ ਜਾਂਦੀ ਕਿਉਂਕਿ ਫਲਕਚੂਏਟ ਜਿਹ ਹੁੰਦੇ ਆ ਪਰ ਇੱਟਾਂ ਨੇ ਤਾਂ ਡਿੱਗ ਪੈਂਦੇ ਆ ਤੇ ਪਰ ਵਾਤਾਵਰਨ ਲਈ ਵੀ ਇੱਕ ਠੀਕ ਹੈਗੇ ਜਿਹੜੇ ਇੱਟਾਂ ਲੇ ਘਰ ਬਣਾਉਣੇ ਤਾਂ 100 ਵਾਤਾਵਰਨ ਦੂਸ਼ਿਤ ਕਰਨਾ ਪੈਂਦਾ ਫਿਰ ਉਹ ਇੱਟਾਂ ਬਣਦੀਆਂ ਪਰ ਇੱਥੇ ਵੀਰੇ ਇਸ ਚੀਜ਼ ਤੇ ਆ ਕੇ ਥੋੜੀ ਕਮੀ ਹੈਗੀ ਇਹਨਾਂ ਚੀਜ਼ਾਂ ਦੇ ਵੀ ਇੱਥੇ ਅੱਗ ਲੱਗਣ ਦੇ ਬੜੇ ਖਰਚਾ ਲੱਗਦੇ। ਮਹਿੰਦੀ ਬਰਾੜ ਸਾਹਿਬ ਜਿਹੜੀਆਂ ਵੀਡੀਓਜ਼ ਆਈਆਂ ਨੇ ਘਰ ਸੜਨ ਦੀਆਂ ਉਹਦੇ ਚ ਦੇਖਿਆ ਜਾ ਰਿਹਾ ਕਿ ਲੱਕੜ ਦੇ ਜਿਹੜੇ ਘਰ ਆ ਬੁਰੀ ਤਰ੍ਹਾਂ ਬਲ ਕੇ ਥੱਲੇ ਡਿੱਗ ਰਹੇ ਆ। ਬਾਕੀ ਸਾਰਾ ਕੁਝ ਸੁਆਹ ਹੋ ਗਿਆ ਜਿਹੜੀਆਂ ਛੱਤਾਂ ਦੇ ਉੱਤੇ ਜਿਹੜੇ ਲੰਮੇ ਚੋੜੇ ਤੁਸੀਂ ਬਾਲੇ ਕਹ ਲਓ ਉਹ ਥੋੜੇ ਸਟਰੋਂਗ ਹੁੰਦੇ ਆ। ਸੋ ਉਹ ਹੌਲੀ ਹੌਲੀ ਮੱਚ ਕੇ ਥੱਲੇ ਡਿੱਗ ਰਿਹਾ ਸੋ ਲੱਕੜ ਦੇ ਘਰ ਹੋਣ ਕਰਕੇ ਜਿਹੜੇ ਘਰ ਅੱਗ ਦੀ ਚਪੇਟ ਚ ਆਏ ਆ ਉਹਨਾਂ ਦੇ ਵਿੱਚੋਂ ਕੱਖ ਵੀ ਨਹੀਂ ਬਚਿਆ ਸੋ ਠੀਕ ਆ ਇਹਨਾਂ ਦੇ ਜਿੱਥੇ ਬੇਨਿਫਿਟ ਆ ਉੱਥੇ ਆਪਣੇ ਨੁਕਸਾਨ ਵੀ ਹੈਗੇ ਨੇ ਜੀ ਇੱਕ ਗੱਲ ਪੜਨਾ ਵੀ ਜੇ ਲੱਕੜ ਦੇ ਘਰ ਕਿਸੇ ਦੇ ਹੈਗੇ ਆ ਕੱਲਾ ਘਰ ਤਾਂ ਹੁੰਦਾ ਨਹੀਂ 100 ਇੰਪੋਰਟੈਂਟ ਉਹਨਾਂ ਦੇ ਡਾਕੂਮੈਂਟ ਪਏ ਹੁੰਦੇ ਆ 100 ਚੀਜ਼ਾਂ ਤੇ ਜਦੋਂ ਅੱਗ ਲੱਗ ਗਈ ਕੋਈ ਡਾਕੂਮੈਂਟ ਥੋੜੋ ਚੱਕਦਾ ਬੰਦਾ ਬਾਹਰ ਭੱਜ ਜਾਂਦਾ ਇੱਥੇ ਆ ਚੀਜ਼ ਦੀ ਬੜੀ ਦਿੱਕਤ ਆ ਵੀ ਤੁਸੀਂ ਆਪ ਦਾ ਸਾਰਾ ਲਾਈਫ ਦਾ ਜਿਹੜਾ ਸਮਾਨ ਜੋੜਿਆ ਵਾ ਘਰੇ ਪਿਆ ਹੁੰਦਾ ਤੇ ਕੋਈ ਪਤਾ ਨਹੀਂ ਲੱਗਦਾ ਕਦੋਂ ਤੁਹਾਡਾ ਜ਼ੀਰੋ ਹੋ ਜੇ ਬਿਲਕੁਲ ਬ੍ਰਾਦਰ ਸਾਹਿਬ ਇੱਥੇ ਕੁਝ ਨਹੀਂ ਬਚਣਾ ਜਿਸ ਤੇ ਤੁਸੀਂ ਕਹਿ ਲੋ ਕਿ ਐਸਐਸ ਬਚਨੀਆਂ ਨੇ ਜੇ ਕੋਈ ਉਂਝ ਘਰ ਹੁੰਦਾ ਖੈਰ ਅੱਗ ਤੱਕ ਕਿਤੇ ਵੀ ਨਹੀਂ ਛੱਡਦੀ ਹਾਂ ਇਹ ਆ ਜਿਹੜੇ ਸੀਮੈਂਟ ਦੇ ਘਰ ਆ ਜਾਂ ਆਪਾਂ ਦੇਖਦੇ ਆਂ ਇੰਡੀਆ ਚ ਪੰਜਾਬ ਚ ਰੇਤਾ ਬੱਜਰੀ ਇੱਟਾਂ ਦੇ ਘਰ ਆ ਚਲੋ ਘਰ ਬਚ ਜਾਂਦੇ ਜੇ ਕਦੇ ਇਹੋ ਜਿਹੀ ਅਨਸਖਾਂ ਵੀ ਘਟਨਾ ਵਾਪਰਦੀ ਆ ਇੱਥੇ ਸਮਾਨ ਦੀ ਕੋਈ ਸੇਫਟੀ ਨਹੀਂ ਗਈ ਤੇ ਸਾਰੇ ਕੁਝ ਨਹੀਂ ਨਾਸ ਹੋ ਜਾਣਾ ਜਿਹੜਾ ਚਾਹੇ ਕਿਸੇ ਨੇ 25 30 ਸਾਲ ਦਾ ਜਿੰਨੀ ਮਰਜ਼ੀ ਮਿਹਨਤ ਤੋਂ ਸਮਾਨ ਜੋੜਿਆ ਹੋਇਆ ਉਹ ਜਿਹੜੇ ਘਰ ਜਲੇ ਨੇ ਉਹਨਾਂ ਦੇ ਵਿੱਚ ਕੁਝ ਨਹੀਂ ਦਿਖ ਰਿਹਾ ਵੀਡੀਓਜ਼ ਆਪਣੇ ਦਰਸ਼ਕਾਂ ਨੇ ਦੇਖ ਹੀ ਲਈਆਂ ਹੋਣਗੀਆਂ ਬਾਕੀ ਦੇਖ ਲੈਣਗੇ ਕਿ ਬਹੁਤ ਦਿਲ ਦਹਿਲਾਉ ਫੂਟੇਜ ਜਿਹੜੀਆਂ ਸਾਹਮਣੇ ਆ ਰਹੀਆਂ ਘਰ ਵੀ ਨਾਮੋ ਨਿਸ਼ਾਨ ਤੁਸੀਂ ਕਹੋ ਕਿ ਖਤਮ ਹੋ ਰਹੇ ਨੇ ਜਲ ਕੇ ਇਸੇ ਕਰਕੇ ਅਸੀਂ ਦਰਸ਼ਕਾਂ ਨੂੰ ਕਹਿਣਾ ਚਾਹਾਂਗੇ ਵੀ ਭਈ ਆਪਦਾ ਖਾਸ ਧਿਆਨ ਰੱਖਿਆ ਕਰੋ ਗੈਸ ਗੂੰਸ ਦਾ ਆਪਦੇ ਆਸੇ ਪਾਸੇ ਆਪਣੇ ਇੰਡੀਅਨ ਬੰਦੇ ਜਿਆਦਾ ਜੋਤ ਲਾ ਲੈਂਦੇ ਆ ਜਾਂ ਕੋਈ ਹੋਰ ਚੀਜ਼ ਮੋਮਬੱਤੀਆਂ ਲਾਉਣ ਦੇ ਬੜੇ ਇੰਟਰਸਟਿਡ ਹੁੰਦੇ ਆ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਭਈ ਵੀ ਬਹੁਤ ਵੱਡੀ ਚੀਜ਼ ਹੈ ਜੀ ਇਹ